ਸੱਤਰੀਆ ਗਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਅੱਜ ਅਸੀਂ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਸਾਹਿਤਕ ਪਰਿਚੇਅ ਅਤੇ ਉਹਨਾਂ ਦੇ ਨਿਬੰਧ ਮੇਰਾ ਨਿਸਫਲ ਪਿਆਰ ਦੀ ਸਾਹਿਤਕ ਅਲੋਚਨਾ ਕਰਨ ਜਾ ਰਹੇ ਹਾਂ ਗੁਰਬਖਸ਼ ਸਿੰਘ ਪ੍ਰੀਤਲੜੀ ਜਿਨ੍ਹਾਂ ਨੂੰ ਕਿ ਸ਼ਬਦਾਂ ਦੇ ਜਾਦੂਗਰ ਦੇ ਨਾਮ ਨਾਲ ਵੀ ਸਤਕਾਰਿਆ ਜਾਂਦਾ ਹੈ ਇਹਨਾਂ ਦਾ ਜਨਮ 26 ਅਪ੍ਰੈਲ 1895 ਈਸਵੀ ਨੂੰ ਸਿਆਲਕੋਟ ਪਾਕਿਸਤਾਨ ਵਿਖੇ ਸਰਦਾਰ ਪਿਸ਼ੋਰਾ ਸਿੰਘ ਅਤੇ ਮਾਤਾ ਮਾਲਣੀ ਦੇ ਗ੍ਰਹਿ ਵਿਖੇ ਹੋਇਆ ਇਹਨਾਂ ਨੇ ਸਿੱਖਿਆ ਅਰੰਭਿਕ ਪਾਬ ਮੁੱਢਲੀ ਸਿੱਖਿਆ ਜੋ ਹੈ ਸਿਆਲਕੋਟ ਵਿੱਚੋਂ ਗ੍ਰਹਿਣ ਕੀਤੀ ਲਾਹੌਰ ਅਤੇ ਰੁੜਕੀ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਇਹ ਉਚੇਰੀ ਸਿੱਖਿਆ ਹਾਸਲ ਕਰਨ ਦੇ ਲਈ ਮਿਸ਼ੀਗਨ ਯੂਨੀਵਰਸਿਟੀ ਅਮਰੀਕਾ ਚਲੇ ਗਏ ਤੇ ਉਥੋਂ ਵਾਪਸ ਪਰਤ ਕੇ ਇਹਨਾਂ ਭਾਰਤ ਦੇ ਵਿੱਚ ਆ ਕੇ ਵੱਖ-ਵੱਖ ਮਹਿਕਮਿਆਂ ਦੇ ਵਿੱਚ ਨੌਕਰੀ ਕੀਤੀ ਇਹਨਾਂ ਨੇ 10ਵੀਂ ਤੋਂ ਬਾਅਦ ਜੋ ਹੈ ਆਪਣੀ ਜ਼ਿੰਦਗੀ ਨੂੰ ਚਲਾਉਣ ਦੇ ਲਈ ਕੁਝ ਵਕਤ ਤੇ ਲਈ ਕਲਰਕੀ ਵੀ ਕੀਤੀ ਸੀ ਫਿਰ ਫੌਜ ਦੇ ਵਿੱਚ ਵੀ ਇਹਨਾਂ ਨੇ ਇੰਜੀਨੀਅਰਿੰਗ ਦੀ ਨੌਕਰੀ ਕੀਤੀ ਅਤੇ ਰੇਲਵੇ ਦੀ ਨੌਕਰੀ ਦੇ ਵਿੱਚ ਵੀ ਇਹ ਬਤੌਰ ਇੰਜੀਨੀਅਰ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਪਰ ਬਾਅਦ ਦੇ ਵਿੱਚ ਇਹਨਾਂ ਨੇ ਨੌਕਰੀ ਛੱਡ ਕੇ ਸਾਹਿਤ ਸਿਰਜਣਾ ਵਾਲੇ ਪਾਸੇ ਜਦ ਆਏ ਤੇ ਖੇਤੀ ਵੀ ਕਰਨੀ ਆਰੰਭ ਕੀਤੀ ਤੇ ਸੁਤੰਤਰ ਲੇਖਕ ਵਜੋਂ ਵੀ ਇਹਨਾਂ ਨੇ ਬਹੁਤ ਸਾਰੀਆਂ ਸਾਹਿਤਕ ਰਚਨਾਵਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਈਆਂ ਸਨਮਾਨ ਇਹਨਾਂ ਦੀਆਂ ਸਾਹਿਤਕ ਰਚਨਾਵਾਂ ਦੀ ਬਦੌਲਤ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਵੀ ਇਹਨਾਂ ਦੇ ਸਫਰ ਨਾਮੇ ਤੇ ਮਿਲਿਆ ਇਹਨਾਂ ਨੂੰ ਇਸ ਤਰ੍ਹਾਂ ਇਹ ਸੰਸਾਰ ਅਮਨ ਕੌਂਸਲ ਦੇ ਮੈਂਬਰ ਵੀ ਰਹੇ ਅਤੇ ਭਾਰਤੀ ਸਹਿਤ ਅਕਾਦਮੀ ਦਿੱਲੀ ਦੇ ਵੀ ਇਹਨਾਂ ਨੇ ਮੈਂਬਰ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ ਰਸਾਲਾ ਇੱਕ ਇਹਨਾਂ ਨੇ ਸਾਹਿਤਕ ਰਸਾਲਾ ਮੈਗਜ਼ੀਨ ਜੋ ਕੱਢਿਆ 1933 ਈਸਵੀ ਦੇ ਵਿੱਚ ਪ੍ਰੀਤ ਲੜੀ ਨਾਂ ਦਾ ਮੈਗਜ਼ੀਨ ਸੀ ਔਰ ਅੰਮ੍ਰਿਤਸਰ ਦੇ ਨੇੜੇ ਅਟਾਰੀ ਲਾਗੇ ਇਹਨਾਂ ਨੇ ਪ੍ਰੀਤ ਨਗਰ ਨਾਂ ਦਾ ਇੱਕ ਪਿੰਡ ਵੀ ਵਸਾਇਆ ਤੇ ਇਹਨਾਂ ਦੀ ਜੋ ਸਾਹਿਤ ਸਿਰਜਣਾ ਹੈ ਜਾਂ ਇਹਨਾਂ ਦਾ ਸਾਹਿਤ ਫਲਸਫਾ ਹੈ ਉਹ ਇਹਨਾਂ ਦੇ ਜੋ ਮੁੱਖ ਫਲਸਫਾ ਹੈ ਇਹਨਾਂ ਦਾ ਪਿਆਰ ਕਬਜ਼ਾ ਨਹੀਂ ਪਹਿਚਾਨ ਹੈ ਉਸ ਦੇ ਆਲੇ ਦੁਆਲੇ ਕੁੰਮਦਾ ਹੈ ਭਾਵ ਪ੍ਰੀਤ ਕੇਂਦ੍ਰਿਤ ਰਹੇ ਹਨ ਇਹ ਤਾਂ ਉਮਰ ਪ੍ਰੀਤ ਲੜੀ ਪ੍ਰੀਤ ਨਗਰ ਅਤੇ ਪ੍ਰੀਤ ਫਲਸਫਾ ਇਹ ਇਹਨਾਂ ਦੀ ਮੁੱਖ ਪਛਾਣ ਹੈ ਅੰਤ 20 ਅਗਸਤ 1977 ਈਸਵੀ ਨੂੰ ਇਹ ਪੰਜਾਬੀ ਸਾਹਿਤ ਦਾ ਸੂਰਜ ਸਦਾ ਲਈ ਅਸਤ ਹੋ ਗਿਆ ਰਚਨਾਵਾਂ ਇਹਨਾਂ ਨੇ ਬਹੁਤ ਸਾਰੀਆਂ ਰਚਨਾਵਾਂ ਨਿਬੰਧ ਸੰਗ੍ਰਹਿ ਨਾਵਲ ਸਵੈ ਜੀਵਨੀ ਅਨੁਵਾਦ ਨਾਟਕ ਕਹਾਣੀ ਆਦਿ ਦੇ ਵਿੱਚ ਇਹਨਾਂ ਨੇ ਆਪਣੀ ਕਲਮ ਅਜ਼ਮਾਈ ਔਰ ਬਾ ਕਮਾਲ ਰਚਨਾਵਾਂ ਦਿੱਤੀਆਂ ਪੰਜਾਬੀ ਸਾਹਿਤ ਨੂੰ ਨਿਬੰਧ ਸੰਗ੍ਰਹਿ ਜੋ ਹਨ ਇਹਨਾਂ ਨੇ ਲਗਭਗ 20 ਦੇ ਕਰੀਬ ਇਹਨਾਂ ਨੇ ਨਿਬੰਧ ਸੰਗ੍ਰਹਿ ਲਿਖੇ ਜਿਨ੍ਹਾਂ ਦੇ ਵਿੱਚੋਂ ਵਿਦਿਆਰਥੀ ਆਪਣੀ ਇੱਛਾ ਅਨੁਸਾਰ ਜੋ ਵੀ ਨਿਬੰਧ ਸੰਗ੍ਰਹਿ ਉਹਨਾਂ ਨੂੰ ਆਸਾਨ ਲੱਗਣ ਉਹਨਾਂ ਨੂੰ ਯਾਦ ਕਰ ਸਕਦੇ ਹਨ ਸਾਰੀਆਂ ਸਾਹਿਤਕ ਰਚਨਾਵਾਂ ਦਾ ਜ਼ਿਕਰ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰ ਰਹੇ ਵਿਦਿਆਰਥੀ ਲਾਹਾ ਲੈ ਸਕਣ ਇਸ ਚੈਨਲ ਦਾ ਇਸ ਲਈ ਜੋ ਬੀਏ ਭਾਗ ਤੀਜਾ ਦੇ ਵਿਦਿਆਰਥੀ ਨੇ ਉਹ 4-4 5-5 ਜੋ ਵੀ ਕਿਤਾਬਾਂ ਦੇ ਨਾਮ ਯਾਦ ਕਰ ਸਕਣ ਕਰ ਸਕਦੇ ਹਨ ਤੇ ਨਾਵਲ ਇਹਨਾਂ ਨੇ ਦੋ ਲਿਖੇ ਹਨ ਅਣਵਿਆਹੀ ਮਾਂ ਅਤੇ ਰੁੱਖਾਂ ਦੀ ਜੀਰਾਨ ਸਵੈ ਜੀਵਨੀ ਇਹਨਾਂ ਦੀ ਮੇਰੀ ਜੀਵਨ ਕਹਾਣੀ ਅਤੇ ਮੰਜ਼ਲ ਦਿਸ ਪਈ ਇਹ ਦੋ ਭਾਗਾਂ ਦੇ ਵਿੱਚ ਹੈ ਕਹਾਣੀ ਸੰਗ੍ਰਹਿ ਇਹਨਾਂ ਨੇ ਪ੍ਰੀਤ ਕਹਾਣੀਆਂ ਦੀਆਂ ਲਗਭਗ 10 ਦੇ ਕਰੀਬ ਪੁਸਤਕਾਂ ਜੋ ਹਨ ਦਿੱਤੀਆਂ ਹਨ ਪ੍ਰੀਤ ਕਹਾਣੀਆਂ ਦੇ ਜੋ ਕਹਾਣੀ ਸੰਗ੍ਰਹਿ ਇਹਨਾਂ ਨੇ ਦਿੱਤੇ ਹਨ ਜਿਨ੍ਹਾਂ ਵਿੱਚੋਂ ਵੀਣਾ ਤੇ ਵਿਨੋਦ ਸ਼ਵਨਮ ਭਾਬੀ ਮੈਨਾ ਪ੍ਰੀਤਾਂ ਦੇ ਪਹਿਰੇਦਾਰ ਅਤੇ ਇਸ਼ਕ ਜਿਨ੍ਹਾਂ ਦੇ ਹੱਡੀ ਰਜਿਆ ਬਿਹਦ ਮਕਬੂਲ ਹੋਈਆਂ ਹਨ ਨਾਟਕ ਅਤੇ ਇਕਾਂਗੀ ਵੀ ਇਹਨਾਂ ਨੇ ਲਿਖੇ ਹਨ ਰਾਜਕੁਮਾਰੀ ਲਤਿਕਾ ਪੂਰਬ ਪੱਛਮ ਪ੍ਰੀਤ ਮੁਗਟ ਪ੍ਰੀਤਮਣੀ ਕੋਦਰੇ ਦੀ ਰੋਟੀ ਸਾਡੀ ਹੂਣੀ ਦਾ ਲਿਸ਼ਕਾਰਾ ਇਹਨਾਂ ਦੇ ਪ੍ਰਮੁੱਖ ਨਾਟਕ ਤੇ ਇਕਾਂਗੀ ਸੰਗ੍ਰਹਿ ਹਨ ਅਨੁਵਾਦ ਦੇ ਖੇਤਰ ਦੇ ਵਿੱਚ ਵੀ ਇਹਨਾਂ ਨੇ ਖਾਸਾ ਕੰਮ ਕੀਤਾ ਖਾਸ ਕਰਕੇ ਮਾਂ ਦੋ ਮੈਕਸਿਮਮ ਮੈਕਸਿਮ ਗੋਰਕੀ ਦਾ ਰੂਸੀ ਜੋ ਨਾਵਲਕਾਰ ਸੀ ਮੈਕਸਿਮ ਗੋਰਕੀ ਉਹਨਾਂ ਦੇ ਨਾਵਲ ਮਾਂ ਦਾ ਪੰਜਾਬੀ ਅਨੁਵਾਦ ਕੀਤਾ ਤੇ ਨਾਲ ਦੀ ਨਾਲ ਇਹਨਾਂ ਨੇ ਜ਼ਿੰਦਗੀ ਤੇ ਰਾਹਾਂ ਤੇ ਜੋ ਪ੍ਰੋਫੈਸਰ ਪੂਰਨ ਸਿੰਘ ਦੀ ਆਟੋ ਬਾਇਓਗ੍ਰਾਫੀ ਸੀ ਦਾ ਪਾਸ ਆਫ ਲਾਈਫ ਦਾ ਪੰਜਾਬੀ ਅਨੁਵਾਦ ਕੀਤਾ ਜ਼ਿੰਦਗੀ ਦੇ ਰਾਹਾਂ ਤੇ ਤੇ ਇਸ ਦੇ ਨਾਲ ਇਹਨਾਂ ਨੇ ਸੁਪਨੇ ਆਖਰੀ ਸਬਕ ਤੇ ਮੌਲਿਅਰ ਦੇ ਨਾਟਕ ਜੋ ਸਨ ਉਹਨਾਂ ਦਾ ਵੀ ਪੰਜਾਬੀ ਅਨੁਵਾਦ ਕੀਤਾ ਜਿੱਥੋਂ ਤੱਕ ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਜੋ ਨਿਬੰਧ ਹੈ ਮੇਰਾ ਨਸਫਲ ਪਿਆਰ ਉਸ ਦੀ ਸਾਹਿਤਕ ਆਲੋਚਨਾ ਅਸੀਂ ਛੇਠ ਲਿਖੇ ਨੁਕਤਿਆਂ ਦੇ ਆਧਾਰ ਤੇ ਤੱਥਾਂ ਦੇ ਆਧਾਰ ਤੇ ਕਰਾਂਗੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਅਸੀਂ ਲੈ ਰਹੇ ਹਾਂ ਵਿਸ਼ਾ ਵਸਤੂ ਕਿ ਜੋ ਮੇਰਾ ਨਸਫਲ ਪਿਆਰ ਨਿਬੰਧ ਹੈ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਇਸ નિબંધ ਦੇ ਵਿੱਚ ਆਪਣਾ ਜੀਵਨ ਫਲਸਫਾ ਜੋ ਹੈ ਪ੍ਰੀਤ ਕਬਜ਼ਾ ਨਹੀਂ ਪਛਾਣ ਹੈ ਉਸ ਨੂੰ ਹੀ ਬੜੇ ਮੌਲਿਕ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਇਸ નિબંધ ਦੇ ਵਿਸ਼ੇ ਵਜੋਂ ਜ਼ਿਕਰ ਕਰਦੇ ਹਨ ਆਪਣੇ ਜੀਵਨ ਦੀ ਇੱਕ ਉਸ ਘਟਨਾ ਨੂੰ ਜੇ ਜੋ ਉਹਨਾਂ ਦੀ ਜ਼ਿੰਦਗੀ ਦਾ ਇੱਕ ਪਹਿਲਾ ਬੇहद ਪਵਿੱਤਰ ਤੇ ਖੂਬਸੂਰਤ ਅਹਿਸਾਸ ਸੀ ਪਿਆਰ ਦੇ ਪ੍ਰਤੀ ਉਸ अनुभव मोहि ने ने इस निबंध ਦੇ ਵਿੱਚ ਵਿਸ਼ੇ ਵਜੋਂ ਲਿਆ ਹੈ ਕਿਉਂਕਿ ਗੁਰਬਖਸ਼ ਸਿੰਘ ਪ੍ਰੀਤਲੜੀ ਇਹ ਜੋ ਹੈ ਦੱਸਣਾ ਚਾਹੁੰਦੇ ਹਨ ਜਾਂ ਇਹ ਅਹਿਸਾਸ ਕਰਾਉਣਾ ਚਾਹੁੰਦੇ ਹਨ ਪਾਠਕਾਂ ਨੂੰ ਕਿ ਸੱਚੀ ਸੁੱਚੀ ਪ੍ਰੀਤ ਜੋ ਹੈ ਉਹ ਜ਼ਿੰਦਗੀ ਨੂੰ ਇੱਕ ਅਗਹਿ ਖੁਸ਼ੀ ਬਖਸ਼ਦੀ ਹੈ ਮਾਨਸਿਕ ਤੌਰ ਤੇ ਵੀ ਔਰ ਜੋ ਹੈ ਮਨੁੱਖ ਨੂੰ ਪ੍ਰੇਰਿਤ ਕਰਦੀ ਹੈ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਬਣਨ ਦੇ ਲਈ ਜਿਸ ਤਰ੍ਹਾਂ 바ਵਾ ਬਲਵੰਤ ਪਿਆਰ ਨੂੰ ਜੋ ਹੈ ਜ਼ਿੰਦਗੀ ਦਾ ਇੱਕ ਅਜੀਹ ਸਰਮਾਇਆ ਸਮਝਦੇ ਹਨ ਅਜੀਹ ਪੂੰਜੀ ਸਮਝਦੇ ਹਨ ਜੋ ਮਨੁੱਖ ਨੂੰ ਜ਼ਿੰਦਗੀ ਦੇ ਵਿੱਚ ਜੋ ਉਚਾਈਆਂ ਤੇ ਪਹੁੰਚਾਉਂਦਾ ਹੈ ਭਾਵ ਕੁਝ ਚੰਗਾ ਕਰ ਗੁਜ਼ਰਨ ਦੀ ਪ੍ਰੇਰਣਾ ਯਾਨੀ ਕਿ ਮੁਹੱਬਤ ਨੂੰ ਇੱਕ ਪ੍ਰੇਰਕ ਸ਼ਕਤੀ ਦੇ ਰੂਪ ਦੇ ਵਿੱਚ 바ਵਾ ਬਲਵੰਤ ਵਾਂਗ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਵੀ ਪੇਸ਼ ਕੀਤਾ ਹੈ ਜੋ ਕਿ ਪਿਆਰ ਕਬਜ਼ਾ ਨਹੀਂ ਪਛਾਣ ਦੇ ਆਲੇ ਦੁਆਲੇ ਘੁੰਮਦੀ ਹੈ ਲੇਖਕ ਨੇ ਇਸ ਨਿਬੰਧ ਦੇ ਵਿੱਚ ਇਹ ਦਰਸਨ ਦੀ ਕੋਸ਼ਿਸ਼ ਕੀਤੀ ਹੈ ਕਿ ਪਿਆਰ ਜੋ ਹੈ ਸੱਚਾ ਸੁੱਚਾ ਪਿਆਰ ਦਾ ਜੋ అనుਭਵ ਹੈ ਉਹ ਮਨੁੱਖ ਦੀ ਜ਼ਿੰਦਗੀ ਨੂੰ ਕਿਸ ਤੰਗ ਦੇ ਨਾਲ ਜੋ ਹੈ ਸ਼ਕਤੀ ਬਖਸ਼ਦਾ ਹੈ ਤੇ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਹੋਰ ਵੀ ਸੁਹਣੇਰਾ ਬਣਨ ਦੀ ਨਿਰੰਤਰ ਕੋਸ਼ਿਸ਼ ਦੇ ਵਿੱਚ ਲੱਗਿਆ ਰਹਿੰਦਾ ਹੈ ਜਿਵੇਂ ਕਿ ਇਸ ਕਹਾਣੀ ਨੂਮਾ ਨਿਬੰਧ ਦੇ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਜ਼ਿਕਰ ਕੀਤਾ ਹੈ ਕਿ ਜਿਵੇਂ ਉਹ 10ਵੀਂ ਦੇ ਪੇਪਰਾਂ ਤੋਂ ਬਾਅਦ ਆਪਣੇ ਕਿਸੇ ਰਿਸ਼ਤੇਦਾਰ ਦੇ ਪਿੰਡ ਛੁੱਟੀਆਂ ਬਤਾਉਣ ਵਾਸਤੇ ਜਾਂਦਾ ਹੈ ਤੇ ਉੱਥੇ ਗਵਾਂਢ ਦੇ ਵਿੱਚ ਇੱਕ ਲੜਕੀ ਜੋ ਹੈ ਉਸ ਤੇ ਪ੍ਰਤੀ ਜੋ ਹੈ ਲੇਖਕ ਦੇ ਮਨ ਦੇ ਵਿੱਚ ਜੋ ਸੱਚੇ ਸੁੱਚੇ ਪਵਿੱਤਰ ਭਾਵ ਪੈਦਾ ਹੁੰਦੇ ਹਨ ਉਹ ਉਹਦੀ ਜ਼ਿੰਦਗੀ ਦਾ ਇੱਕ ਹਾਸਲ ਇੱਕ ਸਰਮਾਇਆ ਇੱਕ ਪੂੰਜੀ ਹੋ ਨਿਭੜਿਆ ਹੈ ਲੇਖਕ ਨੇ ਇਸ ਨਿਬੰਧ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਜ਼ਿੰਦਗੀ ਦੇ ਪਹਿਲੇ ਪੜਾਅ ਦਾ ਜੋ ਸੱਚਾ ਸੁੱਚਾ ਪਿਆਰ ਦਾ ਅਨੁਭਵ ਸੀ ਅਜਿਹਾ ਅਨੁਭਵ ਜੋ ਹੈ ਉਸ ਨੂੰ ਤਾਂ ਉਮਰ ਵਨਸਵੰਨੇ ਮੁਲਕਾਂ ਦੇ ਵਿੱਚ ਅਮਰੀਕਾ ਇੰਗਲੈਂਡ ਕੈਨੇਡਾ ਮਲਾਇਆ ਸਿੰਗਾਪੁਰ ਈਰਾਨ ਬਸਰਾ ਅਫਗਾਨਿਸਤਾਨ ਰਸ਼ੀਆ ਆਦਿ ਦੇਸ਼ਾਂ ਦੇ ਵਿੱਚ ਵਿਚਰਦਿਆਂ ਹੋਇਆਂ ਵੀ ਉਹ ਅਨੁਭਵ ਉਸ ਨੂੰ حاصل ਨਹੀਂ ਹੋ ਸਕਿਆ ਜੋ ਅਨੁਭਵ ਜੋ ਹੈ ਉਸ ਦੀ ਜ਼ਿੰਦਗੀ ਦੇ ਪਹਿਲੇ ਪੜਾਅ ਤੇ ਉਸ ਦਾ ਇੱਕ ਹਾਸਲ ਬਣ ਚੁੱਕਿਆ ਸੀ ਉਸ ਨੂੰ ਪ੍ਰਗਟਾਉਂਦਾ ਹੋਇਆ ਕਵੀ ਲੇਖਕ ਜ਼ਿਕਰ ਕਰਦਾ ਹੈ ਇਸ ਨਿਬੰਧ ਦੇ ਵਿੱਚ ਕਿ ਖੁਦ ਲੇਖਕ ਤਾਂ ਜੋ ਹੈ ਉਸ ਪਿਆਰ ਤੋਂ ਇੱਕ ਸ਼ਕਤੀ ਗ੍ਰਹਿਣ ਕਰਕੇ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਉੱਚਾ ਮੋਗਾਮ ਹਾਸਲ ਕਰ ਜਾਂਦਾ ਹੈ ਪਰ ਬਹੁਤ ਲੰਬੇ ਸਮੇਂ ਬਾਅਦ ਜਦੋਂ ਉਸ ਨੂੰ ਪਤਾ ਚੱਲਦਾ ਹੈ ਕਿ ਉਸ ਉਹ ਲੜਕੀ ਜਿਸ ਦਾ ਨਾਮ ਮੱਖਣੀ ਸੀ ਜੋ ਕਿ ਵੀ 25 ਸਾਲ ਬਾਅਦ ਜੋ ਹੈ ਉਹ ਇਸ ਮੁਕਾਮ ਤੇ ਪਹੁੰਚ ਚੁੱਕੀ ਹੈ ਕਿ ਉਸ ਦੇ ਮਾਪੇ ਜੋ ਹੈ ਉਹ ਬੇहद ਗਰੀਬ ਹੋ ਚੁਕੇ ਹਨ ਪਤੀ ਉਸ ਦਾ ਜੋ ਹੈ ਬੇहद ਸ਼ਰਾਬ ਪੀਣ ਸਦਕਾ ਉਹ ਵੀ ਕਾਲ ਦਾ ਗਰਾਸ ਬਣ ਚੁੱਕਿਆ ਹੈ ਛੋਟੇ ਛੋਟੇ ਦੋ ਬੱਚੇ ਹਨ ਪਰ ਜੋ ਉਹ ਮੱਖਣੀ ਨਾਮ ਦੀ ਲੜਕੀ ਹੈ ਉਹ ਕੱਪੜੇ ਸਿਉਂ ਕੇ ਜੋ ਹੈ ਆਪਣਾ ਗੁਜ਼ਾਰਾ ਕਰ ਰਹੀ ਹੈ ਪਰ ਲੇਖਕ ਦੇ ਕੁਝ ਰਿਸ਼ਤੇਦਾਰ ਜੋ ਕਿ ਉਸ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਨਿਰੰਤਰ ਤਾਂ ਜਿੰਦਗੀ ਦੇ ਇਸ ਪੜਾਅ ਤੇ ਆ ਕੇ ਮੱਖਣੀ ਨਾਮ ਦੀ ਉਹ ਕੁੜੀ ਲੇਖਕ ਨੂੰ ਇੱਕ ਚਿੱਠੀ ਲਿਖਦੀ ਹੈ ਜਿਸ ਦੇ ਵਿੱਚ ਉਸ ਦੇ ਕੋਲ ਆ ਕੇ ਰਹਿਣ ਦੀ ਤੇ ਉਸ ਦੇ ਕੋਲ ਰਹਿ ਕੇ ਗੁਜ਼ਾਰਾ ਕਰਨ ਦੇ ਲਈ ਉਹ ਮਜ਼ਦੂਰੀ ਕਰਕੇ ਆਪਣਾ પેટ ਭਰਨ ਦੀ ਇੱਛਾ ਜ਼ਾਹਿਰ ਕਰਦੀ ਹੈ ਤਾਂ ਜੋ ਉਸ ਦੇ ਬੱਚਿਆਂ ਦਾ ਪਾਲਣ ਪੋਸ਼ਣ ਜੋ ਹੈ ਸੱਚੇ ਢੰਗ ਨਾਲ ਹੋ ਸਕੇ ਕਿਉਂਕਿ ਉਸ ਨੂੰ ਅੱਜ ਵੀ ਇਸ ਗੱਲ ਦਾ ਮਾਣ ਹੈ कि ਉਸਦੇ ਬੱਚੇ ਜੋ ਹੈ ਲੇਖਕ ਦੀ ਛਤਰ ਛਾਇਆ ਹੇਠ ਰਹਿ ਕੇ ਜ਼ਿੰਦਗੀ ਦੇ ਵਿੱਚ ਕੁਝ ਬਣ ਸਕਣਗੇ ਇਹ ਉਸ ਨੂੰ ਆਸ ਹੈ ਪਰ ਜਦੋਂ ਲੇਖਕ ਨੂੰ ਇਸ ਗੱਲ ਦਾ ਪਤਾ ਚੱਲਦਾ ਹੈ ਤਾਂ ਉਹ ਆਪਣੀ ਪਤਨੀ ਦੇ ਨਾਲ ਸਾਰੀ ਗੱਲ ਸਾਂਝੀ ਕਰਕੇ ਸਲਾਹ مشورہ ਕਰਕੇ ਬੜਾ ਚਾਈ ਚਾਈ ਉਸ ਨੂੰ ਬੁਲਾਉਂਦਾ ਹੈ ਤੇ ਜਦ ਉਹ ਜਿਸ ਵਕਤ ਤੇ ਜਿਸ ਦਿਨ ਜਿਸ ਘੜੀ ਉਸਨੇ ਉੱਥੇ ਪੁੱਜਣਾ ਹੁੰਦਾ ਹੈ ਲੇਖਕ ਉਸ ਨੂੰ ਲੈਣ ਵਾਸਤੇ ਅੱਗੋਂ ਜਾਂਦਾ ਹੈ ਪਰ ਲਾਸਟ ਮੂਵਮੈਂਟ ਤੇ ਜਾ ਕੇ ਪਾਵ ਅੰਤਲੀ ਘੜੀ ਤੇ ਜਾ ਕੇ ਪਤਾ ਚੱਲਦਾ ਹੈ ਕਿ ਉਹ ਲੜਕੀ ਜੋ ਹੈ ਉਹ ਉਥੇ ਨਹੀਂ ਪੁੱਜ ਸਕੀ ਕਿਉਂਕਿ ਗੱਡੀ ਚੜਨ ਲੱਗਿਆਂ ਖਿੜਕੀ ਛੋਟੇ ਜਾਣ ਸਦਕਾ ਗੱਡੀ ਦੀ ਬਾਹਰੀ ਜਾਂ ਤਾਂ ਕੀ ਜਾਂ ਜੋ ਡੰਡਾ ਸੀ ਉਸ ਨੂੰ ਜੋ ਹੱਥ ਨਾ ਪੈ ਸਦਕਾ ਉਸ ਦਾ ਪੈਰ ਜੋ ਹੈ ਅਜਿਹਾ ਫਿਸਲਿਆ ਕਿ ਉਹ ਪਲੇਟਫਾਰਮ ਦੇ ਪਾਇਦਾਨ ਦੇ ਉੱਤੇ ਜੋ ਹੈ ਦੇਗ ਕੇ ਚਿਥੜੇ ਚਿਥੜੇ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਮੱਖਣੀ ਜੋ ਹੈ ਉਸ ਦੀ ਜ਼ਿੰਦਗੀ ਦੇ ਵਿੱਚ ਆਖਰੀ ਪੜਾ ਤੇ ਲੇਖਕ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਮੱਕੀ ਜਿਵੇਂ ਕੁਦਰਤ ਨੇ ਉਸ ਤੇ ਬੁੱਲਾ ਨੂੰ ਲੱਗਿਆ ਹੋਇਆ ਜੋ ਅੰਮ੍ਰਿਤ ਦਾ ਪਿਆਲਾ ਸੀ ਉਸ ਨੂੰ ਛਲਕਾ ਕੇ ਪੁੰਜੇ ਪਟਕਾ ਮਾਰਿਆ ਹੋਵੇ ਇਹ ਅਹਿਸਾਸ ਜੋ ਹੈ ਅੰਤ ਜੋ ਹੈ ਪਾਵ ਇਹ ਘਟਨਾ ਜੋ ਹੈ ਐਂਡ ਦੇ ਵਿੱਚ ਆਖਿਰ ਦੇ ਵਿੱਚ ਇਸ ਨਿਬੰਧ ਨੂੰ ਬਿਹਤ ਦੁਖਾਂਤਕ ਬਣਾ ਦਿੰਦੀ ਹੈ ਪਾਠਕ ਇੱਕਦਮ ਬੜਾ ਅਚੰਬੇ ਦੇ ਵਿੱਚ ਬੜਾ ਸੋਗਮਈ ਸਥਿਤੀ ਦੇ ਵਿੱਚ ਪੁੱਜ ਜਾਂਦਾ ਹੈ ਇਸ ਕਹਾਣੀ ਨੂਮਾ ਨਿਬੰਧ ਦੇ ਵਿੱਚ ਲੇਖਕ ਨੇ ਇੱਕ ਤਰ੍ਹਾਂ ਦੇ ਨਾਲ ਆਪਣੀ ਨਿਜੀ ਜੋ ਅਸਫਲ ਪ੍ਰੇਮ ਕਾਹਾਣੀ ਹੈ ਉਸ ਨੂੰ ਬੜੇ ਹੀ ਰੋਚਕ ਬੜੇ ਰੋਮਾਂਟਿਕ ਅਤੇ ਮੌਲਿਕ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਹੈ ਔਰ ਇਸ ਕਹਾਣੀ ਇਸ ਕਹਾਣੀ ਰੂਪੀ ਨਿਬੰਧ ਦੇ ਰਾਹੀਂ ਲੇਖਕ ਨੇ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਸੱਚਾ ਸੁੱਚਾ ਪਿਆਰ ਜੋ ਹੈ ਮਨੁੱਖ ਨੂੰ ਜ਼ਿੰਦਗੀ ਦੇ ਵਿੱਚ ਕੁਝ ਕਰ ਗੁਜ਼ਰਨ ਦੇ ਲਈ ਕੁਝ ਜ਼ਿੰਦਗੀ ਦੇ ਵਿੱਚ ਬਣਨ ਦੇ ਲਈ ਪ੍ਰੇਰਿਤ ਕਰਦਾ ਹੈ ਔਰ ਲੇਖਕ ਇਸ ਨਿਬੰਧ ਦੇ ਰਾਹੀਂ ਪਾਠਕਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਹੈ ਖਾਸ ਕਰਕੇ ਉਹਨਾ ਪਾਠਕਾਂ ਨੂੰ ਜੋ ਜ਼ਿੰਦਗੀ ਦੇ ਇਸ ਪੜਾਅ ਤੇ ਹੁੰਦੇ ਹਨ ਜਦੋਂ ਉਹਨਾਂ ਦਾ ਮਨ ਜੋ ਹੈ ਉਹ ਘੁਮਣ ਘੇਰੀਆਂ ਦੇ ਵਿੱਚ ਫਸਿਆ ਹੁੰਦਾ ਹੈ ਤਾਂ ਉਸ ਵੇਲੇ ਜੋ ਹੈ ਆਪਣੀਆਂ ਗਿਆਨ ਇੰਦਰੀਆਂ ਨੂੰ ਵਸ ਵਿੱਚ ਕਰਕੇ ਜੋ ਮਨੁੱਖ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰ ਗੁਜ਼ਰਨ ਦਾ ਜੇਕਰ ਸਪਨਾ ਲੈ ਲੈਂਦਾ ਹੈ ਤੇ ਉਹ ਸਪਨਾ ਵੀ ਸাকার ਹੋ ਜਾਂਦਾ ਹੈ ਕਿਉਂਕਿ ਸੱਚਾ ਸੁੱਚਾ ਪਿਆਰ ਦਾ ਜੋ ਅਨੁਭਵ ਹੈ ਮਨੁੱਖ ਨੂੰ ਇਕ ਇੱਕ ਪ੍ਰੇਰਣਾ ਦਿੰਦਾ ਹੈ ਇੱਕ ਹੁਲਾਰਾ ਬਰਖਸ਼ ਦਾ ਹੈ ਔਰ ਜ਼ਿੰਦਗੀ ਦੇ ਕਿਸੇ ਉੱਚੇ ਮਕਾਮ ਤੇ ਪਹੁੰਚਾਉਣ ਦੇ ਲਈ ਪੂਰੇ ਜੋ ਹੈ ਇੱਕ ਧਿਰ ਬਣ ਕੇ ਉਸ ਦੇ ਨਾਲ ਖੜਦਾ ਹੈ ਇਸ ਤਰ੍ਹਾਂ ਜੋ ਨਿਬੰਧ ਹੈ ਮੇਰਾ ਨਿਸਫਲ ਪਿਆਰ ਵਿਸ਼ੇ ਪੱਖੋਂ ਬੇहद ਸਫਲ ਨਿਬੰਧ ਹੈ ਔਰ ਵਾਰਤਕ ਦੀ ਅਜਹੀ ਬਣ ਗਈ ਹੈ ਜਿਸ ਦੇ ਵਿੱਚ ਕਹਾਣੀ ਰਸ ਦੀ ਪ੍ਰਤੀਤੀ ਹੁੰਦੀ ਹੈ ਬੋਲੀ ਅਤੇ ਸ਼ੈਲੀ ਜੋ ਹੈ ਲੇਖਕ ਕਿਉਂਕਿ ਸ਼ਬਦਾਂ ਦਾ ਜਾਦੂਗਰ ਹੈ ਇਸ ਨੂੰ ਸ਼ਬਦ ਜੜਨੇ ਹੀ ਨਹੀਂ ਆਉਂਦੇ ਸਗੋਂ ਸ਼ਬਦਾਂ ਨੂੰ ਜੋ ਹੈ ਇੱਕ ਸੁਗੜ ਕਾਰੀਗਰ ਵਾਂਗ ਜੋ ਹੈ ਸੁਗੜ ਮਾਲੀ ਦੇ ਵਾਂਗ ਜਿਵੇਂ ਫੁੱਲਾਂ ਦਾ ਗੁਲਦਸਤਾ ਬਣਾਉਂਦਾ ਹੈ ਮਾਲੀ ਇਸ ਤਰ੍ਹਾਂ ਆਪਣੀ ਰਚਨਾ ਦੇ ਵਿੱਚ ਸ਼ਬਦਾਂ ਨੂੰ ਜੜਨਾ ਵੀ ਆਉਂਦਾ ਹੈ ਭਾਪ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਸੁਰਮਾ ਪਾਉਣਾ ਤੇ ਹਰ ਕੋਈ ਜਾਣਦਾ ਹੈ ਪਰ ਮਟਕਾਉਣਾ ਕੋਈ ਕੋਈ ਜਾਣਦਾ ਹੈ ਠੀਕ ਇਸੇ ਤਰ੍ਹਾਂ ਵਾਰਤਕ ਹਰ ਕੋਈ ਲਿਖ ਸਕਦਾ ਹੈ ਪਰ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਜੋ ਵਾਰਤਕ ਸ਼ੈਲੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਜਿੱਥੋਂ ਤੱਕ ਵਾਕਬੰਧਰ ਅਤੇ ਪੈਰਾਬੰਧਰ ਦਾ ਸਵਾਲ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਇੱਕ ਮਿਸਾਲੀ ਗਦਕਰ ਹੋ ਨਿਬੜਿਆ ਹੈ ਉਸ ਦੇ ਵਾਕ ਜਿਹੜੇ ਨੇ ਜਾਂ ਪੈਰੇ ਬੇਸ਼ੱਕ ਲੰਬੇ ਵੀ ਹੋਣ ਪਰ ਉਸਦੇ ਵਿਚਾਰਾਂ ਦੀ ਲੜੀ ਜੋ ਹੈ ਉਹ ਨਿਰੰਤਰ ਜੁੜੀ ਰਹਿੰਦੀ ਹੈ ਔਰ ਹਰ ਨੁਕਤਾ ਜੋ ਹੈ ਉਸ ਨੂੰ ਬੜੇ ਹੀ ਸੁਚੱਜੇ ਢੰਗ ਦੇ ਨਾਲ ਉਹ ਪ੍ਰਗਟਾਉਂਦਾ ਹੈ ਬਨਸਵੰਨੀਆਂ ਉਪਮਾਵਾਂ ਦੇ ਕੇ ਬਨਸਵੰਨੀ ਅਲੰਕਾਰ ਜੁੜੇ ਹਨ ਉਸ ਦੀ ਬਾਤਕ ਸ਼ੈਲੀ ਦਾ ਇੱਕ ਬਹੁਤ ਵੱਡਾ ਹਾਸਲ ਹਨ ਜਿਸ ਤਰ੍ਹਾਂ ਉਸਨੇ ਮੱਖਣੀ ਦੁਆਰਾ ਪਾਣੀ ਲੈ ਕੇ ਜਦੋਂ ਪੀਤਾ ਹੈ ਤੇ ਉਸ ਘਟਨਾ ਨੂੰ ਉਹ ਬਿਆਨ ਕਰਦਿਆਂ ਹੋਇਆਂ ਕਹਿੰਦਾ ਹੈ ਕਿ ਮੈਂ ਝੂਠੇ ਗਲਾਸ ਦੇ ਵਿੱਚੋਂ ਸੂਚਾ ਪਾਣੀ ਘੁੱਟ-ਘੁੱਟ ਕਰਕੇ ਪੀ ਲਿਆ ਜਾਂ ਫਿਰ ਮੇਰੇ ਦਿਲ ਦੀ ਮਿੱਟੀ ਕਲੀ ਇੱਥੇ ਖੁੱਲ ਗਈ ਭਾਵ ਇਸ ਤਰ੍ਹਾਂ ਦੇ ਜੋ અલੰਕ੍ਰਿਤ ਵਾਗ ਵਰਤੇ ਹਨ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਉਹ ਵੀ ਗੁਰਬਖਸ਼ ਸਿੰਘ ਦਾ ਹੀ ਇੱਕ ਹਾਸਲ ਹੋ ਨਿਬੜਿਆ ਹੈ ਭਾਵਾਂ ਦੇ ਵਿਚਾਰਾਂ ਦੀ ਇਕਤਾ ਜੋ ਹੈ ਨਿਰੰਤਰ ਇਸ નિબંધ ਦੇ ਵਿੱਚ ਬਣੀ ਹੋਈ ਹੈ ਉਦੇਸ਼ ਪੱਖੋਂ ਵੀ ਜੋ ਹੈ ਇਹ ਨਿਬੰਧ ਪੂਰੀ ਤਰ੍ਹਾਂ ਸਫਲ ਰਿਹਾ ਹੈ ਪ੍ਰਭਾਵ ਦੀ ਇਕਤਾ ਹੈ ਸੁਭਾਸ਼ਨ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਲੇਖਕ ਜੋ ਹੈ ਆਪਣੇ ਬਾਰੇ ਬਹੁਤ ਹੀ ਵਧੀਆ ਅੰਦਾਜ਼ ਦੇ ਵਿੱਚ ਦੂਸਰਿਆਂ ਨੂੰ ਭਾਸ਼ਨ ਦੇ ਕੇ ਦੱਸ ਰਿਹਾ ਹੋਵੇ ਭਾਵ ਪਾਠਕ ਨੂੰ ਆਪਣੇ ਨਾਲ ਉਂਗਲੀ ਤੋੜ ਫੜ ਕੇ ਉਂਗਲੀ ਲਾ ਕੇ ਆਪਣੇ ਨਾਲ ਉਹ ਮੱਖਣੀ ਦੇ ਸ਼ਹਿਰ ਤੋਂ ਹੁੰਦਾ ਹੋਇਆ ਜੋ ਹੈ ਵਨਸੁਨੇ ਮੁਲਕਾਂ ਦੇ ਵਿੱਚ ਘੁਮਾਉਂਦਾ ਹੋਇਆ ਤੇ ਅੰਤ ਉਸ ਨਦੀ ਦੇ ਕਿਨਾਰੇ ਉਸ ਘਰ ਦੇ ਵਿੱਚ ਲੈ ਜਾਂਦਾ ਹੈ ਤੇ ਅੰਤ ਜਦੋਂ ਮੱਖਣੀ ਦੀ ਖਬਰ ਆਉਂਦੀ ਹੈ ਉਸ ਦੇ ਅੰਤਿਮ ਪੜਾ ਤੇ ਵਿਛੜ ਜਾਣ ਦੀ ਤੇ ਪਾਠਕ ਜੋ ਹੈ ਇਸ ਤਰ੍ਹਾਂ ਉਸ ਦੇ ਨਾਲ ਨਿੰਮੋ ਝੋਣਾ ਹੋਇਆ ਖੜਾ ਨਜ਼ਰ ਆਉਂਦਾ ਹੈ ਜਿਸ ਤਰ੍ਹਾਂ ਉਸ ਦਾ ਆਪਾ ਲੁੱਟਿਆ ਗਿਆ ਹੋਵੇ ਤੇ ਇਸ ਰਿਲੇਖ ਪੱਖੋਂ ਵੀ ਇੱਕ ਵਧੀਆ ਸਿਰਲੇਖ ਹੈ ਕਿਉਂਕਿ ਮੇਰਾ ਨਿਸਫਲ ਪਿਆਰ ਵਿਸ਼ੇ ਦੇ ਆਲੇ ਦੁਆਲੇ ਇਹ ਸਾਰੀ ਲੜੀ ਜਿਹੜੀ ਹੈ ਵਾਰਤਕ ਦੀ ਕਹਾਣੀ ਨੂਮਾ ਵਾਰਤਕ ਦੀ ਇਹ ਲੜੀ ਚਾਰ ਸਫੇਰੇ ਇਸ ਵਿਸ਼ੇ ਦੇ ਹੀ ਘੁੰਮ ਰਹੀ ਹੈ ਸਿਰਲੇਖ ਪੱਖੋਂ ਵੀ ਇਸ ਰਚਨਾ ਉਸੇ ਇੱਕ ਸਫਲ ਸਿਰਲੇਖ ਦਾ ਦਰਜਾ ਦੇ ਸਕਦੇ ਹਾਂ ਕਿਉਂਕਿ ਜਿਸ ਸੱਚੀ ਸੁੱਚੀ ਪ੍ਰੀਤ ਦੀ ਲੇਖਕ ਨੇ ਪੇਸ਼ਕਾਰੀ ਕੀਤੀ ਹੈ ਇਸ ਨਿਬੰਧ ਦੇ ਵਿੱਚ ਉਹ ਸਫਲ ਰਹਿ ਕੇ ਵੀ ਅਸਫਲ ਹੈ ਔਰ ਅਸਫਲ ਰਹਿ ਕੇ ਵੀ ਸਫਲ ਹੋ ਗਈ ਹੈ ਸੋ ਸਮੁੱਚੇ ਤੌਰ ਦੇ ਵਿੱਚ ਸਿੱਟੇ ਵਜੋਂ ਜਾਂ ਨਿਚੋੜ ਵਜੋਂ ਕਿਹਾ ਜਾ ਸਕਦਾ ਹੈ ਕਿ ਮੀਰਾ ਨਿਸਫਲ ਪਿਆਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਇੱਕ ਬੇहद ਉੱਚੀ ਸੁੱਚੀ ਕਲਾਕਾਰ ਹੈ ਜਿਸ ਸਦਕਾ ਪੰਜਾਬੀ ਸਾਹਿਤ ਦੇ ਵਿੱਚ ਉਹਨਾਂ ਦਾ ਨਿਵੇਕਲਾ ਸਥਾਨ ਹੈ ਔਰ ਪੰਜਾਬੀ ਸਾਹਿਤ ਪੰਜਾਬੀ ਪਾਠਕ ਸਮਾਜ ਜੋ ਹੈ ਹਮੇਸ਼ਾ ਉਹਨਾਂ ਦੀਆਂ ਚੰਗੀਆਂ ਰਚਨਾਵਾਂ ਸਦਕਾ ਉਹਨਾਂ ਦਾ ਰਣੀ ਰਹੇਗਾ ਮਿਲਦੇ ਹਾਂ ਅਗਲੇ